खन्ने तो मलेरकोटला रोड के उत्ते लगभग साढ़ा 6 to 7 acres का फ्रंट आ करोड़ों की कीमत की जमीन 100 acres के करीब अज पंजाब सरकार वालों पंचायत विभाग के साढ़े अधिकारी शामलाट सैल के इंचार्ज साढ़े डिप्टी कमिश्नर साहब लुधियाने तो एस एस पी साहब तो होर भी जिन्हें भी साढ़े पंचायत महकमे के अधिकारी रूरल डिवेलपमेंट के अधिकारी नाल जाके अज कब्जा लिया गया। तो इस तरह रूटीन के मानयोग मुख्यमंत्री सरदार भगवंत सिंह मान जी की अगवाई के पिछले साल लगभग 9000 acres के करीब कब्जा लिया गया। तो इस साल भी लगातार कब्जा जिहड़ा लिया जा रहा लगभग 11.5 acres जिहड़ी जमीन आ वो पंजाब सरकार के पंचायत विभाग के कब्जे अधीन आ गई है। तो जिहड़ी अज जमीन का कब्जा लिया लगभग घट्टो घट 40 crore की कीमत की जमीन आ ये कल्ली ईसड़ू पिंड दी ते उदां तां साडी पूरे पंजाब दे विच ही जिहड़ी पंचायत विभाग के साडे अधिकारी आ और रोजाना हर जिले के हर पिंड जिते जिते नजायज़ कब्जे आ लोगों के उत्थे कब्जे ले जा रहे आ। कई जगह पर थोड़ी दिक्कत आती है तो मैं किसान वीरां नूं अपील करदा कि लंबा समा आपां इस जमीन तो आपां आमदन खाधी अपने परिवार पाले आ ते आखिरकार तो वेखो जिहड़ा जमीन का मालक होवे जमीन उसे दी हुंदी आ भावें किसी व्यक्ति तो आपां ठेके ते लई होवे कई रही लड़ाइया झगड़े पैंदे आपां वेखदे आ किसी तो ठेके ते जमीन लई होवे ते कई इंसान जिहड़े आ कई किसान कई व्यक्ति वो कब्जा करन दी कोशिश करदे आ। उस तरह ही जे जमीन आपां कोई आबाद भी किसी ने की आ भरा ने तो आखिरकार मालकी तो सरकार की है ना तो जे सरकार की मालकी आ वह समझो पूरे पंजाब की आवाम की मालकी आ ਇਹ ਇਕੱਲੇ 1, 2, 4 or 10 ਵਿਅਕਤੀਆਂ ਦੀ ਮਾਲਕੀ ਨਹੀਂ ਗੀ ਜਿਹੜੀ ਪੰਚਾਇਤ ਵਿਭਾਗ ਦੀ ਸ਼ਾਮ ਲਾਟ ਆ ਜਾਂ ਕੋਈ ਵੀ ਸਰਕਾਰੀ ਜ਼ਮੀਨ ਆ ਉਹ ਪੂਰੇ ਪੰਜਾਬ ਦੇ 3 crore ਲੋਕਾਂ ਦੀ ਮਾਲਕੀ ਆ। ਇਸ ਕਰਕੇ 3 crore ਲੋਕਾਂ ਦਾ ਹੱਕ ਇਹ ਨਹੀਂ ਕਿ ਕੋਈ 10, 20, 50, 100 ਬੰਦੇ ਖਾ ਜਾਣ। ਪਿਛਲੀਆਂ ਸਰਕਾਰਾਂ 'ਚ ਹੋਇਆ ਕਿ ਜਿਹੜੇ ਵੀ ਵਿਅਕਤੀ ਕਾਬਜ਼ ਸਨ ਉਹਨਾਂ ਨੇ ਜਿਹੜੀਆਂ ਸੰਬੰਧਿਤ ਮੌਕੇ ਦੀਆਂ ਸਰਕਾਰਾਂ ਸਨ ਉਹਨਾਂ ਨਾਲ ਤੁਰ ਪੈਣਾ ਅਤੇ ਗਾਂ ਹੋਰ ਕਬਜ਼ੇ ਵੱਧਦੇ ਜਾਣੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਤੀ ਮੁੱਖ ਮੰਤਰੀ ਸਾਹਿਬ ਨੇ ਜ਼ਮੀਨਾਂ ਛਡਾਉਣ ਦਾ ਧੱਈਆ ਲਿਆ ਅਤੇ ਕਈ ਜਗ੍ਹਾ 'ਤੇ ਸਾਡੇ MLA ਸਾਹਿਬਾਨ ਵੀ ਪੱਖ ਪੂਰਦੇ ਆ ਕਈ ਜਗ੍ਹਾ 'ਤੇ ਮੈਂ ਵੇਖਿਆ ਕਿ ਬੰਦੇ ਸਾਡੇ ਨਾਲ ਨੇ ਇਹ ਕਬਜ਼ਾ ਨਾ ਲਿਆ ਜਾਵੇ। ਮੈਂ ਉਹਨਾਂ MLA ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਵੀ ਬੰਦੇ ਇਹ ਕਾਬਜ਼ ਨੇ ਪੰਚਾਇਤੀ ਜ਼ਮੀਨਾਂ ਦੇ ਉਹਨਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਉਹਨਾਂ ਅਗਲੀ ਵਾਰ ਹਵਾ ਵੇਖਣੀ ਹੈ ਵੀ ਕਿਹੜੀ ਪਾਰਟੀ ਦੀ ਹਵਾ ਉਸ ਪਾਸੇ ਨੂੰ ਹੋ ਜਾਣਾ। ਪਰ ਇੱਥੇ ਇੱਕ ਵੱਡਾ ਫਾਇਦਾ ਇਹ ਮਿਲਦਾ ਇੱਕ ਪਿੰਡ ਦੀ ਜੇ 2000 vote ਆ ਅਤੇ 10 ਬੰਦੇ ਕਾਬਜ਼ ਆ ਉਸ ਜ਼ਮੀਨ 'ਤੇ ਉਹ 10 ਬੰਦੇ ਭਾਵੇਂ ਨਾਰਾਜ਼ ਹੋ ਜਾਣਗੇ ਪਰ 2000 ਬੰਦਾ ਜਿਹੜਾ ਉਹ ਤੁਹਾਡੇ 'ਤੇ ਖੁਸ਼ ਹੋ ਜਾਏਗਾ। ਮੈਂ ਆਪਣੇ ਹਲਕੇ ਦੇ ਪਿੰਡ ਸਭਰਾ ਦੀ ਗੱਲ ਕਰਦਾ ਪਿਛਲੇ ਸਾਲ 2-4 ਬੰਦਿਆਂ ਦੇ ਕਾਰਨ ਸਾਡੇ ਕਾਫੀ ਜ਼ਮੀਨ ਉੱਥੇ ਠੇਕੇ 'ਤੇ ਚੜ੍ਹਨੋਂ ਰਹਿ ਗਈ ਪਰ ਇਸ ਵਾਰ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਸਾਰੀ ਜ਼ਮੀਨ ਦੀ ਜਿਹੜੀ ਆ ਕਬਜ਼ਾ ਲੈ ਕੇ ਬੋਲੀ ਕਰਾਈ ਗਈ। ਲਗਭਗ 125 acres ਜ਼ਮੀਨ ਸੀ ਜਿਹੜੀ ਲੋਕ ਨਜਾਇਜ਼ ਕਬਜ਼ਿਆਂ 'ਚ ਵਾਹੀ ਜਾ ਰਹੇ ਸਨ ਬੋਲੀ ਕਰਾਈ। ਜਿਹੜੇ ਕਾਂਗਰਸ ਅਕਾਲੀ ਦਲ ਦੇ ਕੱਟੜ ਹਮਾਇਤੀ ਸਨ ਜਿਹੜੇ ਕਿ ਸਾਡੇ ਹਮੇਸ਼ਾ ਉਲਟ ਰਹਿੰਦੇ ਸਨ ਉਹਨਾਂ ਨੇ ਵੀ ਸਾਡੇ ਹੱਕ ਦੇ ਵਿੱਚ ਬੋਲ ਕੇ ਪਾਇਆ ਪੋਸਟਾਂ ਪਾਈਆਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਕਿ ਵਾਕਈ ਹੁਣ ਬਦਲਾ ਆਇਆ ਸਰਕਾਰ ਬਣੀ ਆ ਅਤੇ ਸਾਡਾ MLA ਹੁਣ ਸਾਨੂੰ ਪਤਾ ਲੱਗਾ ਕਿ 47 ਤੋਂ ਬਾਅਦ 2022 'ਚ ਹੀ ਸਾਡਾ MLA ਬਣਿਆ। ਸਾਡੀ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੀ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਬੋਲੀ ਗਈ ਆ ਅਤੇ ਮੈਂ ਆਪਣੇ MLA ਸਾਹਿਬਾਨਾਂ ਨੂੰ ਵੀ ਇਹੋ ਬੇਨਤੀ ਕਰਦਾ ਕਿ ਜਿਹੜੇ ਕਬਜ਼ਾਧਾਰੀ ਨੇ ਉਹਨਾਂ ਦਾ ਸਾਥ ਨਾ ਦੇਈਏ ਆਪਾਂ ਸਾਥ ਦੇਈਏ। ਜਿਹੜੀ ਬਾਕੀ ਜਿਹੜੀ ਸਾਡੀ ਬਰਾਦਰੀ ਬੈਠੀ ਆ ਦੂਜੀ ਪਿੰਡਾਂ ਦੇ ਵਿੱਚ ਜਿੰਨੀ ਵੀ ਹੋਰ ਗੈਦਰਿੰਗ ਆ ਪਿੰਡਾਂ ਦੇ ਵਿੱਚ ਜਿੰਨੇ ਵੀ ਵੋਟਰ ਸਪੋਰਟਰ ਨੇ ਆਪਾਂ ਉਹਨਾਂ ਦਾ ਸਾਥ ਦੇਈਏ ਕਬਜ਼ਾਧਾਰੀਆਂ ਦਾ ਸਾਥ ਨਾ ਦੇਈਏ। ਅਤੇ ਮੈਂ ਹਰੇਕ ਪੰਜਾਬੀ ਨੂੰ ਹਰੇਕ ਜਿੰਨੇ ਵੀ ਕਾਬਜ਼ਕਾਰ ਨੇ ਕਿਸਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜ਼ਮੀਨ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਸਰਕਾਰ ਦੀ ਆ ਇਹ ਜ਼ਮੀਨ ਆਪਾਂ ਵਾਪਸ ਕਰੀਏ ਅਤੇ ਜਿਹੜੇ ਚੰਗੇ ਕਿਸਾਨ ਨੇ ਉਹ ਖੁਦ ਅੱਗੇ ਆ ਕੇ ਵਾਪਸ ਕਰਦੇ। ਜਿਵੇਂ ਪਿਛਲੇ ਦਿਨੀ ਆਪਾਂ ਲਗਭਗ 850 acres ਦਾ ਕਬਜ਼ਾ ਲਿਆ ਦਸੂਏ ਦੇ ਬਲਾਕ ਦਸੂਆ ਬਲਾਕ ਦੀ ਪਿੰਡ ਡਡਿਆਲ 'ਚ ਉੱਥੇ ਲੋਕ ਆਪ ਅੱਗੇ ਆ ਕੇ ਉਹਨਾਂ ਨੇ ਜ਼ਮੀਨ ਛੱਡੀ ਅਤੇ ਅਸੀਂ ਉਹ ਜ਼ਮੀਨ ਠੇਕੇ 'ਤੇ ਵੀ ਉਹਨਾਂ ਲੋਕਾਂ ਨੂੰ ਦਿੱਤੀ ਆ। ਇੱਥੋਂ ਤੱਕ ਆ ਕਿ ਭਾਵੇਂ 7 ਸਾਲ ਦੀ ਲੀਜ਼ 'ਤੇ ਲੈ ਲਓ ਇਹ ਲੋਕਾਂ ਦੀ ਮਰਜ਼ੀ ਆ ਕਿ 1 ਸਾਲ ਲਈ ਲੈਣੀ ਜਾਂ 7 ਸਾਲ ਲਈ ਲੈਣੀ ਸਗੋਂ ਲੋਕਾਂ ਨੂੰ ਖੁਦ ਆ ਕੇ ਅੱਗੇ ਆ ਕੇ ਕਬਜ਼ਾ ਦੇਣਾ ਚਾਹੀਦਾ ਅਤੇ ਹਮੇਸ਼ਾ ਬਰਕਤ ਉਸ ਕੰਮ 'ਚ ਹੀ ਪੈਂਦੀ ਹੈ ਜਿੱਥੇ ਆਪਾਂ ਪੈਸਾ ਖਰਚ ਕੇ ਕਮਾਈ ਕਰਦੇ ਹਾਂ। ਜਦੋਂ ਆਪਾਂ ਮੁਫਤ ਦੀ ਖਾਂਦੇ ਹਾਂ ਤਾਂ ਉਸ ਕੰਮ 'ਚ ਬਰਕਤ ਨਹੀਂ ਪੈਂਦੀ। ਜਦੋਂ ਪਿੰਡਾਂ ਦੇ ਵਿੱਚ ਜਾਈਦਾ ਤਕਰੀਬਨ ਮੈਂ ਲੋਕਾਂ ਨੂੰ ਕਹਿੰਦੇ ਸੁਣਨਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ ਵਾਹੀ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਆਪ ਕਹਿ ਦਿੰਦੇ ਕਿ ਜੇ ਅਸੀਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਸ਼ਾਮ ਲਾਟ 'ਤੇ ਕਬਜ਼ਾ ਕੀਤਾ ਸਾਡੀ ਆਪਦੀ ਜ਼ਮੀਨ ਦੀ ਇਨਕਮ ਵੀ ਜਿਹੜੀ ਆ ਉਹ ਬਿਮਾਰੀ 'ਤੇ ਝਗੜੇ 'ਤੇ ਜਾਂ ਲੜਾਈਆਂ 'ਤੇ ਲੱਗੀ ਹੈ ਸਾਡਾ ਕੋਈ ਚੰਗੇ ਪਾਸੇ ਨਹੀਂ ਉਹ ਪੈਸਾ ਲੱਗਾ। ਇਸ ਕਰਕੇ ਬੇਨਤੀ ਇਹੋ ਆ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਨ ਆ ਉਹ ਜਿਵੇਂ ਕਹਿ ਦਿੰਦੇ ਆ ਨਾ ਚੱਕੀ ਦਾ ਪੀਸਿਆ ਵੱਜ ਜਾਂਦਾ ਦੰਦਾਂ ਦਾ ਪੀਸਿਆ ਨਹੀਂ ਵੱਜਦਾ।
ਜਿਹਨੇ ਕਿਤੇ ਵੀ ਭਾਵੇਂ 10 ਮਰਲੇ ਕਿਤੇ ਸਰਕਾਰੀ ਜ਼ਮੀਨ ਵਲੀ ਹੋਵੇ ਉਹ ਲੋਕ ਕਹਿ ਦਿੰਦੇ ਆ ਜੀ ਇਹਨੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਇਹਨੇ ਸਰਕਾਰੀ ਜ਼ਮੀਨ 'ਤੇ ਘਰ ਬਣਾਇਆ ਜਾਂ ਇਸ ਪੰਚਾਇਤੀ ਜ਼ਮੀਨ ਇਹਨੇ ਵਲੀ ਆ ਪਿਛਲਿਆਂ 20 ਸਾਲਾਂ ਤੋਂ ਇਹ ਮੁਫਤ 'ਚ ਵਾਹੁੰਦੇ ਆ ਉਹ ਦੰਦਾਂ ਦਾ ਪੀਸਿਆ ਜਿਹੜਾ ਉਹ ਨਹੀਂ ਵੱਜਦਾ ਚੱਕੀ ਦਾ ਪੀਸਿਆ ਵੱਜ ਜਾਂਦਾ ਜਿਹਨੇ ਵੀ ਕਿਸੇ ਦਾ ਹੱਕ ਖਾਧਾ ਭਾਵੇਂ ਸਰਕਾਰ ਦੀ ਜ਼ਮੀਨ ਹੈ ਸਰਕਾਰ ਦੀ ਜ਼ਮੀਨ ਤਾਂ ਇਹ ਲੋਕਾਂ ਦੀ ਆ ਨਾ ਇਸ ਕਰਕੇ ਬੇਨਤੀ ਆ ਆਪ ਖੁਦ ਅੱਗੇ ਆਉਣ ਅਤੇ ਚੰਗੇ ਲੋਕਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੋਣ ਜਿਹੜੇ ਲੋਕ ਆਪ ਜ਼ਮੀਨ ਛੱਡਦੇ ਆ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਹਾਂ ਅਤੇ ਉਹ ਜ਼ਮੀਨ ਉਹ ਠੇਕੇ 'ਤੇ ਲੈ ਕੇ ਵਾਹੀ ਕਰਦੇ ਆ ਅਤੇ ਨਾਲੇ ਪੁੰਨ ਨਾਲੇ ਫਲੀਆਂ ਨਾਲ ਸਰਕਾਰ ਨੂੰ ਆਮਦਨ ਅਤੇ ਨਾਲੇ ਉਹਨਾਂ ਨੂੰ ਆਮਦਨ ਵੱਧ ਹੁੰਦੀ ਆ ਅਤੇ ਮੈਂ ਇਹੋ ਬੇਨਤੀ ਕਰੂੰਗਾ ਕਿ ਜਿੰਨੀ ਵੀ ਜ਼ਮੀਨ ਆ ਉਹ ਪੰਜਾਬ ਸਰਕਾਰ ਨੂੰ ਦੀਆਂ ਜਿਹੜੀਆਂ ਬੱਸਾਂ ਉਹ ਨਿਰੰਤਰ ਚੱਲ ਰਹੀਆਂ ਅਤੇ ਪਨ ਬੱਸ ਦੇ ਜਿਹੜੇ ਸਾਡੇ ਆਊਟਸੋਰਸ 'ਤੇ ਕੰਮ ਆ ਉਹਨਾਂ ਦੀਆਂ ਜਿੰਨੀਆਂ ਮੰਗਾਂ ਜਾਇਜ਼ ਨੇ ਉਹ ਅਸੀਂ ਮੰਨਦੇ ਵੀ ਆਏ ਹਾਂ ਕੁਝ ਆਗੂ ਜਿਹੜੇ ਉਹ ਗੁੰਮਰਾਹ ਕਰਕੇ ਬੰਦ ਕਰਕੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੀਆਂ ਮੰਗਾਂ ਕੀ ਆ ਮੰਗਾਂ ਆ ਜਿਹੜੇ 2014 ਦੀ ਪੋਲਸੀ ਬਣੀ ਆ ਅਕਾਲੀ ਗੌਰਮੈਂਟ ਵੇਲੇ ਦੀ ਕਿ ਜਿਹਦੀਆਂ ਲਗਾਤਾਰ 3 ਸ਼ਿਕਾਇਤਾਂ ਹੋਈਆਂ ਉਹ ਬਲੈਕਲਿਸਟ ਹੋਇਆ ਜਾਂ ਜਿਹਦਾ 10 ਲੀਟਰ ਤੋਂ ਉੱਪਰ ਡੀਜ਼ਲ ਚੋਰੀ ਉਹ ਬਲੈਕਲਿਸਟ ਹੋਇਆ ਜਾਂ 400 ਤੋਂ ਵੱਧ ਦੀਆਂ ਸ਼ਿਕਾਇਤਾਂ ਉਹ ਬੰਦੇ ਬਲੈਕਲਿਸਟ ਹੋਏ ਆ ਕਈ ਬੰਦਿਆਂ ਨੇ ਮਤਲਬ ਆਪਦਾ ਜੇ ਚੱਕਰ ਲਾਇਆ ਅਤੇ 40-40 ਲੀਟਰ ਡੀਜ਼ਲ ਇੱਕ ਇੱਕ ਚੱਕਰ 'ਚੋਂ ਕੱਢ ਲਿਆ ਕਈਆਂ ਨੇ ਬੱਸਾਂ ਦੇ ਵਿੱਚ ਜਦੋਂ ਇੱਕ ਚੱਕਰ 'ਚੋਂ ਹੀ 10,000 5,000 ਦੀਆਂ ਟਿਕਟਾਂ ਚੋਰੀ ਕਰ ਲਈਆਂ ਉਹਨਾਂ ਬੰਦਿਆਂ ਨੂੰ ਬਲੈਕਲਿਸਟ ਹੋਏ ਜਿਹੜੇ 17, 18, 16 ਦੇ ਬਲੈਕਲਿਸਟ ਹੋਏ ਪਿਛਲੀਆਂ ਸਰਕਾਰਾਂ ਦੇ ਬਲੈਕਲਿਸਟ ਹੋਏ ਬੰਦੇ ਉਹ ਗਲਤ ਡਿਮਾਂਡ ਰੱਖ ਰਹੇ ਕਿ ਇਹਨਾਂ ਨੂੰ ਬਹਾਲ ਕੀਤਾ ਜਾਵੇ ਜੇ ਉਹ ਬੰਦੇ ਵੇਖੋ ਬਹਾਲ ਹੋ ਜਾਂਦੇ ਆ ਜਿਹੜੇ ਬਲੈਕਲਿਸਟ ਜਿਨ੍ਹਾਂ ਨੇ ਬੱਸਾਂ ਸਾਰੀ ਟਿਕਟ ਹੀ ਖਾ ਲਈ ਅਤੇ ਉਹ ਜੇ ਬਹਾਲ ਹੁੰਦੇ ਆ ਅਤੇ ਆਉਣ ਵਾਲੇ ਸਮੇਂ 'ਚ ਫਿਰ ਜਿੰਨੇ ਵੀ ਡਰਾਈਵਰ ਕੰਡਕਟਰ ਉਹ ਕਹਿਣਗੇ ਬਹਾਲ ਤਾਂ ਹੋ ਹੀ ਜਾਣਾ ਧਰਨਾ ਲਾ ਕੇ ਅਤੇ ਫਿਰ ਆਪਾਂ ਕਰੀਏ ਘਪਲੇ ਉਸੇ ਤਰ੍ਹਾਂ ਬੱਸ ਖਾ ਜਾਈਏ ਅੱਗੇ ਹੀ ਆਪਾਂ ਵੇਖਦੇ ਹਾਂ ਡੀਜ਼ਲ ਦੀ ਚੋਰੀ ਟਿਕਟਾਂ ਦੀ ਚੋਰੀ ਰੋਜ਼ਾਨਾ ਫੜੇ ਜਾਂਦੇ ਆ ਵੇਖੋ ਸਾਰੇ ਮਾੜੇ ਵੀ ਨਹੀਂ ਅਤੇ ਸਾਰੇ ਚੰਗੇ ਵੀ ਨਹੀਂ ਜਿਹੜੇ ਚੰਗੇ ਡਰਾਈਵਰ ਕੰਡਕਟਰ ਆ ਉਹ ਵਧੀਆ ਢੰਗ ਨਾਲ ਵੀ ਚੱਲਦੇ ਆ ਪਰ ਜਿਹੜੇ ਗਲਤ ਕਰਦੇ ਆ ਪੰਜਾਬ ਦਾ ਪੈਸਾ ਖਾਂਦੇ ਆ ਪੰਜਾਬ ਸਰਕਾਰ ਦਾ ਹੱਕ ਖਾਂਦੇ ਪੰਜਾਬ ਦੇ ਲੋਕਾਂ ਦਾ ਹੱਕ ਖਾਂਦੇ ਆ ਵੇਖੋ ਉਹਨਾਂ ਨੂੰ ਕੋਈ ਹੱਕ ਨਹੀਂ ਕਈ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਵਾਰ ਵਾਰ ਰਿਪੋਰਟ ਹੁੰਦੀ ਆ ਉਹ ਫਿਰ ਨਹੀਂ ਹਟਦੇ ਅਤੇ ਕਈ ਵਿੱਚ ਮੰਗਾਂ ਜਾਇਜ਼ ਵੀ ਹੈਗੀਆਂ ਬਹੁਤੀਆਂ ਮੰਗਾਂ ਜਿਹੜੀਆਂ ਜਿਵੇਂ ਹੁਣ ਬੱਸਾਂ ਆਪਾਂ PRTC ਦੀਆਂ ਕਿਲੋਮੀਟਰ ਸਕੀਮ 'ਤੇ ਆਪਾਂ ਟੈਂਡਰ ਕੱਢਣਾ ਸੀ ਲੋਕਾਂ ਨੂੰ ਪਾਉਣ ਨੂੰ ਦੇਣੀਆਂ ਸਨ ਉਹ ਵੀ ਇਹਨਾਂ ਦੀ ਡਿਮਾਂਡ ਆ ਕਿ ਕਿਲੋਮੀਟਰ ਸਕੀਮ 'ਤੇ ਨਾ ਕੱਢੀਆਂ ਜਾਣ ਵੇਖੋ ਸਰਕਾਰ ਨੇ ਇਹ ਵੇਖਣਾ ਵੀ ਪੈਸਾ ਕਿੱਥੋਂ ਸਾਨੂੰ ਵੱਧ ਆਉਂਦਾ ਕਿੱਥੋਂ ਇਨਕਮ ਸਰਕਾਰ ਨੂੰ ਵੱਧ ਆਉਂਦੀ ਆ ਅਤੇ ਇਹਨਾਂ ਦੀ ਮੰਗ ਆ ਵੀ ਕਿਲੋਮੀਟਰ ਸਕੀਮ 'ਤੇ ਨਾ ਪਾਈਆਂ ਜਾਣ ਸਰਕਾਰ ਆਪਦੀਆਂ ਬੱਸਾਂ ਪਾਵੇ ਵੇਖੋ ਸਰਕਾਰ ਨੇ ਪਹਿਲਾਂ ਇਹ ਵੇਖਣਾ ਵੀ ਸਾਡੇ ਪੈਸੇ ਕਿੰਨੇ ਖਰਚ ਹੁੰਦੇ ਆ ਸਾਨੂੰ ਪੈਸੇ ਕਿੱਥੋਂ ਵੱਧ ਮੁਨਾਫਾ ਆਉਂਦਾ ਕਿਲੋਮੀਟਰ ਸਕੀਮ 'ਤੇ ਪਾਉਂਦੇ ਹਾਂ ਸਾਨੂੰ 1 ਰੁਪਈਆ ਨਹੀਂ ਲਾਉਣਾ ਪੈਣਾ ਇਨਕਮ ਸਾਨੂੰ ਫਰੀ ਦੀ ਆਉਣੀ ਆ ਅਤੇ ਜੇ ਅਸੀਂ ਆਪ ਉਹ ਬੱਸਾਂ ਪਾਉਂਦੇ ਹਾਂ ਵੋਲਵੋ ਬੱਸਾਂ ਪਾਉਣੀਆਂ 1 ਕਰੋੜ ਦੀ ਇੱਕ ਬੱਸ ਪੈਂਦੀ ਉਹਦਾ ਵਿਆਜ ਕਿੰਨਾ ਬਣਦਾ ਫਿਰ ਉਹਦੀ ਸਪੇਅਰ ਪਾਰਟ ਆਉਣਾ ਰਿਪੇਅਰ ਹੋਣੀ ਆ ਡਰਾਈਵਰ ਰੱਖਣੇ ਆ ਕੰਡਕਟਰ ਰੱਖਣੇ ਆ ਅਤੇ ਸਰਕਾਰ ਨੇ ਤਾਂ ਇਹ ਵੇਖਣਾ ਸਾਨੂੰ ਫਾਇਦਾ ਕਿੱਥੋਂ ਆਉਂਦਾ ਕਈ ਮੰਗਾਂ ਜਿਹੜੀਆਂ ਉਹਨਾਂ ਦੀਆਂ ਨਜਾਇਜ਼ ਨੇ ਉਹ ਨਜਾਇਜ਼ ਮੰਗਾਂ ਵੇਖੋ ਦਬਾਅ ਬਣਾਇਆ ਨਹੀਂ ਪੂਰੀਆਂ ਹੋਣੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਅਸੀਂ ਪੂਰੀਆਂ ਕਰਾਂਗੇ ਕੀਤੀ ਮੈਂ MLA ਸਾਹਿਬਾਨਾਂ ਨੂੰ ਕਹਿਤਾ ਕਿ ਜਿਹਦੇ ਕੋਲ ਵੀ ਕਬਜ਼ਾ ਉਹ ਤੋਂ ਛਡਾਇਆ ਜਾਵੇ ਆਪਾਂ ਪੂਰੇ ਪਿੰਡ ਨੂੰ ਖੁਸ਼ ਕਰੀਏ ਨਾ ਕਿ ਕੋਈ 10-20 ਬੰਦਿਆਂ ਨੂੰ ਵੇਖੋ ਭਾਵੇਂ ਆਮ ਆਦਮੀ ਪਾਰਟੀ ਦੇ ਨੇ ਭਾਵੇਂ ਅਕਾਲੀ ਦਲ ਕਾਂਗਰਸ ਦੇ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਮੈਂ ਤਾਂ ਇਹੋ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ ਅਤੇ ਆਪਾਂ ਅੱਗੇ ਆਈਏ ਲੋਕਾਂ ਨੂੰ ਵੀ ਆਪਾਂ ਨਸੀਹਤ ਬਣੀਏ ਲੋਕਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣੀਏ ਕਿ ਇਹਨਾਂ ਲੋਕਾਂ ਨੇ ਆਪ ਖੁਦ ਅੱਗੇ ਆ ਕੇ ਪੰਜਾਬ ਸਰਕਾਰ ਦੀ ਜ਼ਮੀਨ ਪੰਜਾਬ ਸਰਕਾਰ ਦੇ ਹਵਾਲੇ ਕੀਤੀ ਪੰਜਾਬ ਦੇ ਲੋਕਾਂ ਦੇ ਹਵਾਲੇ ਕੀਤੀ ਆ ਬਾਕੀ ਜ਼ਮੀਨ ਤਾਂ ਛੱਡਣੀ ਪੈਣੀ ਆ ਕਿਉਂਕਿ ਪਹਿਲੇ ਮੁੱਖ ਮੰਤਰੀ MLA ਉਹ ਖੁਦ ਆ ਜ਼ਮੀਨਾਂ ਦੇ ਕਬਜ਼ੇ ਕਰਾਉਂਦੇ ਸਨ ਉਹ ਜ਼ਮੀਨਾਂ ਦੇ ਜਿਹੜੇ ਕਬਜ਼ੇ ਕਿਰਾਏ ਹੁੰਦੇ ਸਨ ਉਹ MLA ਮੰਤਰੀਆਂ ਦੇ ਹੀ ਸਨ ਕਿਉਂਕਿ ਜੇ ਠੇਕਾ ਮੌਕੇ ਦਾ 40,000 ਹੋਣਾ ਜਾਂ 30,000 ਹੋਣਾ ਉਹਨਾਂ MLAਆਂ ਨੇ 10,000 15,000 ਦੇ ਹਿਸਾਬ ਨਾਲ ਗ੍ਰਾਹੀ ਕਰਕੇ ਅਤੇ ਉਹਨਾਂ MLA ਮੰਤਰੀਆਂ ਨੇ ਲੈ ਜਾਣੇ ਨਾ ਤਾਂ ਸਾਡਾ ਕੋਈ MLA ਮੰਤਰੀ ਕਿਸੇ ਤੋਂ 1 ਰੁਪਈਆ ਠੇਕੇ ਦੀ ਪੈਲੀ 'ਚੋਂ ਰਵਾਦਾਰ ਆ ਇਹ ਪੰਜਾਬ ਦੇ ਲੋਕਾਂ ਦੀ ਇਨਕਮ ਬਣੂਗੀ ਇਹ ਕੋਈ MLA ਮੰਤਰੀ ਦੀ ਇਨਕਮ ਨਹੀਂ ਬਣੂਗੀ ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਦੱਸਣ ਪਿਛਲਾ ਡਾਟਾ ਕੱਢ ਕੇ ਅਫਸਰਾਂ ਤੋਂ ਭਾਵੇਂ ਡਾਟਾ ਕਢਵਾ ਲਿਓ ਕਿਤੇ 1-2 ਕਿੱਲੇ ਭਾਵੇਂ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛਡਾਏ 1-2 ਕਿੱਲੇ ਛਡਾਏ ਅਤੇ 100 ਏਕੜ ਫਿਰ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਾਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ 'ਤੇ 1 ਏਕੜ 'ਤੇ ਨਵਾਂ ਕਬਜ਼ਾ ਨਹੀਂ ਆ 11.5 ਏਕੜ ਤੋਂ ਵੱਧ ਕਬਜ਼ਾ ਜਿਹੜਾ ਪੰਚਾਇਤੀ ਜ਼ਮੀਨ ਦਾ ਉਹ ਛਡਾਇਆ ਅਤੇ ਮੈਂ ਇਹੋ ਬੇਨਤੀ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਜ਼ਮੀਨ ਹੈ ਇਹ ਆਪ ਹੀ ਜੇ ਕਿਸਾਨ ਛੱਡ ਦੇਣ ਜਿਵੇਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ PC ਕਰਦਿਆਂ ਕਿਹਾ ਕਿ ਜੇ ਤਾਂ ਆਪ ਅੱਗੇ ਆ ਕੇ ਜਿਹੜੇ ਕਿਸਾਨ ਵੀਰ ਛੱਡਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਜਿਹੜਾ ਨਹੀਂ ਛੱਡੇਗਾ ਲੜਾਈ ਝਗੜਾ ਕਰੇਗਾ ਨਾਲੇ ਖਰਚਾ ਅਤੇ ਨਾਲੇ ਪਰਚਾ ਹੋ ਸਕਦਾ ਪਿਛਲੇ ਜਦੋਂ ਦੀ ਇਹ ਜ਼ਮੀਨ ਵਾਹੁੰਦੇ ਆ ਜੇ 40-50 ਸਾਲ ਤੋਂ ਕਬਜ਼ਾ ਹੋ ਸਕਦਾ 40-50 ਸਾਲਾਂ ਦਾ ਜਿਹੜਾ ਕਬਜ਼ਾ ਕੀਤਾ ਉਹ ਸਾਰੇ ਦਾ ਸਾਰਾ ਖਰਚਾ ਪੈ ਜੇ ਅਤੇ ਆਪਦੀ ਪੂੰਜੀ ਵੀ ਹੋ ਸਕਦਾ ਇੱਧਰ ਸਰਕਾਰ ਨੂੰ ਦੇਣੀ ਪਵੇ ਕਿਉਂਕਿ ਵੇਖੋ ਸਰਕਾਰ ਦੀ ਜ਼ਮੀਨ ਆ
एंड ते आके जिहड़ा मालक है मालक मालक ही रहना मालकी खाने दे विच वी शाम लाड जिहड़ी बोलदी पई आ शाम लाड सरकार दी हुंदी आ मालकी खाने।